ਤੇ ਜਦੋਂ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਸ਼ਹੀਦ ਹੋਏ ਤੇ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਆਪ ਪਹੁੰਚ ਗਏ ਸਤਿਗੁਰੂ ਸੱਚੇ ਪਾਤਸ਼ਾਹ ਮੈਨੂੰ ਵੀ ਆਗਿਆ ਦਿਓ, ਮੈਂ ਵੀ ਮੈਦਾਨੇ ਜੰਗ ਦੇ ਵਿੱਚ ਜਾਣਾ, ਮੈਂ ਵੀ ਜੂਝ ਕੇ ਸ਼ਹੀਦ ਹੋਣਾ। ਕਲਗੀਆਂ ਵਾਲੇ ਕਹਿੰਦੇ ਲਾਲ ਜੀ ਬੜਾ ਸੋਹਣਾ ਕੀਤਾ, ਜਿਹੜੀ ਆਗਿਆ ਤੁਸੀਂ ਆਪ ਮੰਗ ਲਈ। ਕੱਲ ਨੂੰ ਧਰਮ ਤੇ ਜਦੋਂ ਭੀੜ ਬਣੇਗੀ ਨਾ ਪੰਥ ਤੇ, ਕਿਸੇ ਨੂੰ ਕਹਿਣਾ ਨੀ ਪਿਆ ਕਰੇਗਾ ਕਿ ਜਾਂ ਤੂੰ ਆ ਸੇਵਾ ਕਰਦਾ, ਕਿਸੇ ਨੂੰ ਆਖਣਾ ਨੀ ਪਿਆ ਕਰੂਗਾ। ਜਿੰਨਾ ਮਨ ਭਾਵਨਾ ਜਜ਼ਬਾ ਜਾਗਿਆ ਕਰੇਗਾ, ਉਹਨਾਂ ਨੇ ਆਪੇ ਸਿਰਾਂ ਤੇ ਕੱਫਣ ਬੰਨ ਕੇ ਤੁਰ ਪੈਣਾ, ਆਪੇ ਤੁਰ ਪਏ। ਅੱਜ ਦੇ ਸਮੇਂ ਵੇਖ ਲਓ ਕੌਣ ਸਤਵੰਤ ਬੇਅੰਤ ਸਿੰਘ, ਭਾਈ ਦਿਲਾਵਰ ਸਿੰਘ, ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ, ਕੌਣ ਕਹਿਣਗੇ ਉਹਨਾਂ ਨੂੰ। ਹੋਰ ਅਨੇਕਾਂ ਗੁਰਸਿੱਖ ਪਿਆਰੇ ਜਿਨ੍ਹਾਂ ਦੇ ਮਨ ਪ੍ਰੇਮ ਜਾਗਿਆ ਹੈ, ਭਾਈ ਕਮਲਜੀਤ ਸਿੰਘ ਸਿਰਸੇ ਦੇ ਜਿਹੜਾ ਸੰਘਰਸ਼ ਚੱਲਿਆ ਸੀ ਪਹਿਲਾਂ ਸ਼ਹੀਦ, ਕੌਣ ਆਖਣ ਗਿਆ। ਜਿਨ੍ਹਾਂ ਦੇ ਮਨ ਜਜ਼ਬਾ ਪ੍ਰੇਮ ਜਾਗਦਾ ਹੈ, ਉਹ ਇਸ ਪ੍ਰੇਮ ਵਾਲੀ ਗਲੀ ਆਪੇ ਤੁਰ ਪੈਂਦੇ। ਦੋ ਸਿੱਖ ਉੱਠੇ ਚਾਹ ਜਾਗਿਆ, ਅੱਗੇ ਆ ਗਏ ਖਾਲਸਾ ਜੀ ਸਾਡੀ ਅਰਦਾਸ ਕਰੋ ਸੱਚੇ ਸਾਹਿਬ ਦੇ ਅੱਗੇ। ਅਰਦਾਸ ਕਰਕੇ ਤੁਰ, ਅਰਦਾਸ ਕੀਤੀ, ਸੇਵਾ ਸੌਂਪੀ, ਹੇ ਸੱਚੇ ਪਾਤਸ਼ਾਹ ਕਲਗੀਆਂ ਵਾਲਿਆ ਪੰਥ ਦੀ ਬੌੜੀ ਕਰੀ, ਤੁਹਾਡੇ ਅਸਥਾਨਾਂ ਦੀ ਮੱਸਾ ਰੰਗੜ ਬੇਅਦਬੀ ਕਰ ਰਿਹਾ ਹੈ, ਕਿਰਪਾ ਕਰੋ ਗੁਰੂ ਕਾ ਖਾਲਸਾ ਦੀ ਚਾੜੀ ਹੋਈ ਭਾਜੀ ਮੋੜ ਸਕੇ, ਤੁਹਾਡੇ ਅਸਥਾਨਾਂ ਦੀ ਪਵਿੱਤਰਤਾ ਨੂੰ ਬਹਾਲ ਕੀਤਾ ਜਾ ਸਕੇ, ਖਾਲਸੇ ਦੀ ਫਤਿਹ ਕਰਿਓ, ਕਿਉਂਕਿ ਇਹ ਖਾਲਸਾ ਤੇਰੇ ਹੀ ਹੈ। ਹਉਮੈ ਨਹੀਂ ਰਹਿੰਦੀ ਜਦੋਂ ਆਪਾਂ ਕਹਿ ਦਿੰਦੇ ਹਾਂ ਨਾ, ਨਾਲੇ ਤਾਂ ਰੱਬ ਦਾ ਨਾਂ ਨਿਕਲਦਾ ਮੂੰਹ ਵਿੱਚੋਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਤੇ ਨਾਲੇ ਹਉਮੈ ਨਹੀਂ ਰਹਿੰਦੀ, ਹੰਕਾਰ ਵੀ ਜਾਂਦਾ ਰਿਹਾ ਕਿ ਮੈਂ ਕਿਹਦਾ ਵਾਹਿਗੁਰੂ ਦਾ, ਤੇ ਜਿਹੜੀ ਫਤਿਹ ਹੋਈ ਹੈ ਇਹ ਕਿਹਦੀ ਹੈ, ਇਹ ਮੇਰੀ ਨੀ, ਇਹ ਵੀ ਵਾਹਿਗੁਰੂ। ਹੰਕਾਰ ਨਹੀਂ ਰਹਿੰਦਾ, ਵੇਖੋ ਇੱਕ ਫਤਿਹ ਵਿੱਚੋਂ ਕਿੱਡੀ ਪ੍ਰਾਪਤੀ ਮਹਾਰਾਜ ਨੇ ਕਰਾ ਦਿੱਤੀ। ਫਤਿਹ ਵੀ ਤੇਰੀ ਹੋਣੀ ਖਾਲਸਾ ਤੇਰਾ, ਖਾਲਸਾ ਤੇਰਾ, ਫਤਿਹ ਵੀ ਤੇਰੀ ਹੋਣੀ ਖਾਲਸਾ, ਖਾਲਸਾ ਤੇਰਾ, ਓ ਫਤਿਹ ਵੀ ਤੇਰੀ ਹੋਣੀ ਖਾਲਸਾ ਤੇਰਾ, ਖਾਲਸਾ ਤੇਰਾ, ਫਤਿਹ ਵੀ ਤੇਰੀ ਹੋਣੀ ਖਾਲਸਾ ਤੇਰਾ, ਖਾਲਸਾ ਤੇਰਾ, ਫਤਿਹ ਵੀ ਤੇਰੀ ਹੋਣੀ ਖਾਲਸਾ ਤੇਰਾ, ਖਾਲਸਾ ਤੇਰਾ, ਵਾਹਿਗੁਰੂ ਫਤਿਹ ਵੀ ਤੇਰੀ ਹੋਣੀ ਖਾਲਸਾ ਤੇਰਾ, ਖਾਲਸਾ ਤੇਰਾ, ਵਾਹਿਗੁਰੂ ਜੀ ਕਾ, ਵਾਹਿਗੁਰੂ ਜੀ ਕਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕੀ ਫਤਿਹ, ਫਤਿਹ ਵੀ ਤੇਰੀ ਹੋਣੀ ਖਾਲਸਾ, ਖਾਲਸਾ ਤੇਰਾ, ਫਤਿਹ ਵੀ ਤੇਰੀ ਹੋਣੀ ਖਾਲਸਾ, ਖਾਲਸਾ ਤੇਰਾ ਜੀ, ਫਤਿਹ ਵੀ ਤੇਰੀ ਹੋਣੀ ਖਾਲਸਾ ਤੇਰਾ, ਖਾਲਸਾ ਤੇਰਾ, ਵਾਹਿਗੁਰੂ ਫਤਿਹ ਵੀ ਤੇਰੀ ਹੋਣੀ ਖਾਲਸਾ ਤੇਰਾ, ਖਾਲਸਾ ਤੇਰਾ, ਫਤਿਹ ਵੀ ਤੇਰੀ ਹੋਣੀ ਖਾਲਸਾ ਤੇਰਾ, ਖਾਲਸਾ ਤੇਰਾ, ਸਹਿਤਾ ਮੇਰੀ ਤਾਈਓ ਚੱਲੂ ਪੰਥ ਖਾਲਸਾ, ਪਿਆਰਿਆ ਪਿਆਰਿਆ ਤਾਈਓ ਚੱਲੂ ਪੰਥ ਖਾਲਸਾ, ਜੇ ਤੂੰ ਕਰੇਗਾ ਚੱਲੂ ਪੰਥ ਖਾਲਸਾ, ਪਿਆਰਿਆ ਪਿਆਰਿਆ
ਵਧਾਈਓ ਚੱਲੂ ਪੰਥ ਖਾਲਸਾ ਜੇ ਤੂੰ ਕਰੇਗਾ। ਸੱਚਖੰਡ ਤੋਂ ਆਉਣ ਲੱਗਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅਕਾਲ ਪੁਰਖ ਨੂੰ ਆਖਿਆ ਸੀ ਠਾਂਡ ਭਇਓ ਮੈਂ ਜ਼ੋਰ ਕਰ ਬਚਨ ਕਹਾ ਸਿਰ ਨਿਆਏ ਪੰਥ ਚਲੈ ਤਬ ਜਗਤ ਮੈਂ ਜਬ ਤੁਮ ਕਰੋ ਸਹਾਇ। ਅਰਦਾਸ ਕੀਤੀ ਗਈ ਅਰਦਾਸ ਬੜੀ ਵੱਡੀ ਤਾਕਤ ਮਹਾਰਾਜ ਨੇ ਦਿੱਤੀ ਹੈ। ਦੁੱਖ ਸੁੱਖ ਬਣਦਾ ਖੁਸ਼ੀਆਂ ਗਮੀਆਂ ਆਉਂਦੀਆਂ ਸਤਿਗੁਰੂ ਦੇ ਅੱਗੇ ਅਰਦਾਸ ਕਰੀਏ ਦੋਵੇਂ ਘਰ ਜੋੜ ਕਰੂੰ ਅਰਦਾਸ ਤੁਧ ਭਾਵੈ ਤਾਂ ਆਣੈ ਰਾਸ। ਇੱਥੇ ਵੀ ਸਮਝ ਲਿਓ ਤੁਧ ਭਾਵੈ ਤਾਂ ਆਣੈ ਰਾਸ। ਇਹ ਨਾ ਸਮਝਿਓ ਵੀ ਅਰਦਾਸ ਕਰ ਦਿੱਤੀ ਪੂਰੀ ਕਰੋ 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 ਹੋਣੀ ਹੀ ਚਾਹੀਦੀ ਹੈ। ਇੱਥੇ ਭਾਵੈ ਸ਼ਬਦ ਆ ਗਿਆ, ਭਾਵੈ ਸ਼ਬਦ ਆ ਗਿਆ, ਭਾਵੈ ਤੁਧ ਭਾਵੈ। ਜੇ ਸਤਿਗੁਰੂ ਨੂੰ ਭਾ ਗਿਆ ਤੇ ਉਹ ਰਾਸ ਆ ਜਾ, ਚੰਗਾ ਲੱਗ ਗਿਆ ਨਾ ਉਹ ਫਤਿਹ ਹੋ ਜਾਣੀ, ਉਹ ਫਤਿਹ ਹੋ ਜਾਣੀ। ਅਰਦਾਸ ਕਰਕੇ ਸਿੰਘ ਤੁਰੇ ਬੁੱਢੇ ਜੌੜ ਤੋਂ ਦਮਦਮਾ ਸਾਹਿਬ ਆਏ। ਕਿੱਥੇ ਚੱਲਿਆ ਖਾਲਸਾ? ਮੱਸੇ ਰੰਗੜ ਨੂੰ ਸੋਧਣ। ਸਾਡੀ ਅਰਦਾਸ ਕਰ ਦਿਓ। ਅਰਦਾਸ ਕੀਤੀ ਤਰਨ ਤਾਰਨ ਸਾਹਿਬ ਦੇ ਨੇੜੇ ਗਏ, ਤਰਨ ਤਾਰਨ ਸਾਹਿਬ ਦੇ ਨੇੜੇ। ਉੱਥੋਂ ਇੱਕ ਥੇ ਤੋਂ ਰੋੜੇ ਡਿਕਰੀਆਂ ਇਕੱਠੀਆਂ ਕੀਤੀਆਂ ਤੇ ਇੱਕ ਬੋਰੀ ਭਰ ਲਈ। ਇਹ ਏਦਾਂ ਸਮਝਣ ਵੀ ਨੰਬੜਦਾਰ ਆਏ ਹੈ ਮਾਮਲਾ ਤਾਰਨ ਵਾਸਤੇ। ਆਏ ਤਾਂ ਮਾਮਲਾ ਤਾਰਨੀ ਨੇ, ਪਰ ਉਹ ਮਾਮਲਾ ਦੂਜਾ। ਮਾਮਲਾ ਤਾਰਨ ਵਾਸਤੇ ਆਏ ਹੈ, ਚੋਲਿਆਂ ਦੇ ਥੱਲਿਓਂ ਦੀ ਕਿਰਪਾਨਾਂ ਕਰ ਲਈਆਂ, ਹੱਥ ਵਿੱਚ ਨੇਜੇ ਫੜੇ ਹੈ, ਚੋਲਿਆਂ ਦੇ ਥੱਲਿਓਂ ਦੀ ਕੀਤੀਆਂ ਕਿਰਪਾਨਾਂ। ਭਾਦਰੋਂ ਦੇ ਦਿਨ ਸ਼ਿਖਰ ਦੁਪਹਿਰਾ ਹਵਾ ਚੱਲਦੀ ਹੈ, ਥਾਂ ਥਾਂ ਤੇ ਮੁਗਲ ਸਿਪਾਹੀ ਖਲੋਤੇ ਹੈ। ਪਤਾ ਵੀ ਗੁਰੂ ਕੇ ਅਸਥਾਨ ਦੀ ਬੇਅਦਬੀ ਕਰ ਰਹੇ ਆ, ਕੋਈ ਨਾ ਕੋਈ ਸਿੰਘ ਸੂਰਮਾ ਆਈ ਜਾਣਾ। ਰਾਤ ਬਰਾਤੇ ਆ ਕੇ ਸਰੋਵਰ ਵਿੱਚ ਇਸ਼ਨਾਨ ਕਰ ਜਾਂਦੇ। ਅਬਦਾਲੀ ਨੇ ਸਰੋਵਰ ਪੂਰਿਆ ਸੀ, ਭਰਿਆ ਸੀ ਮਿੱਟੀ ਦੇ, ਵੀ ਪਤਾ ਨੀ ਇਹਨਾਂ ਨੂੰ ਇੱਥੋਂ ਕਿਹੜੀ ਤਾਕਤ ਮਿਲਦੀ। ਰਾਤ ਬਰਾਤੇ ਆ ਕੇ ਮਿੱਥ ਕੇ ਵੀ ਆਏ। ਇੱਕ ਜੰਗ ਏਦਾਂ ਵੀ ਹੋਇਆ, ਉਹ ਕਹਿੰਦੇ ਤਾਂ ਚੋਰਾਂ ਵਾਂਗੂ ਆਉਂਦੇ, ਉਹ ਦੱਸ ਦਿੱਤਾ ਵੀ ਫਲਾਣੇ ਦਿਨ ਆਵਾਂਗਾ ਮੈਂ, ਅਸੀਂ ਫਲਾਣੇ ਦਿਨ ਆਵਾਂਗੇ ਇਸ਼ਨਾਨ ਕਰਨ। ਕਾਜ਼ੀਆ ਰੋਕ ਕੇ ਵਿਖਾਈ, ਇੱਕ ਜੰਗ ਭਾਈ ਏਦਾਂ ਵੀ ਹੋਇਆ। ਸੋ ਰਹੋ ਵਿਚਾਰ, ਥਾਂ ਥਾਂ ਤੇ ਸਿਪਾਹੀ ਖਲੋਤੇ, ਲਾਚੀ ਬੇਰ ਦੇ ਨਾਲ, ਲਾਚੀ ਬੇਰੀ ਦੇ ਨਾਲ ਬੰਨੇ ਘੋੜੇ। ਪੰਜ ਇਸ਼ਨਾਨਾ ਕੀਤਾ, ਮੁਗਲਾਂ ਨੇ ਸਮਝਿਆ ਵੀ ਥੱਕੇ ਆਏ ਹੋਣੇ ਹੈ, ਤਾਂ ਇੱਥੇ ਪੰਜ ਇਸ਼ਨਾਨਾ ਕਰ ਰਹੇ ਆ, ਜਲ ਛਕ ਰਹੇ ਆ ਤਾਂ। ਤੇ ਅੱਗੇ ਕਹਿਣ ਲੱਗੇ ਅਸੀਂ ਮਾਮਲਾ ਤਾਰਨ ਵਾਸਤੇ ਆਏ। ਪਹੁੰਚੇ ਜਦੋਂ ਹਰਿਮੰਦਰ ਸਾਹਿਬ, ਗੁਰੂ ਕਾ ਸਥਾਨ, ਸਤਿਗੁਰਾਂ ਦਾ ਸਰੂਪ ਕੀਰਤਨ ਹੁੰਦਾ ਸੀ ਵੇਖਿਆ। ਤਿੰਨ ਜਾਣੇ ਬੈਠੇ ਪੜ੍ਹਨ ਤੇ, ਮੱਸਾ ਰੰਗੜ ਬੈਠਾ ਹੁੱਕਾ ਪੀਂਦਾ, ਦੋ ਜਾਣੇ ਨਾਲ ਹੋਰ ਬੈਠੇ ਹੈ, ਇੱਕ ਜਾਣਾ ਥੱਲੇ ਪੱਖਾ ਚੱਲ ਰਿਹਾ, ਇੱਕ ਜਾਣਾ ਪੱਖਾ ਚੱਲ ਰਿਹਾ, ਦੋ ਥੱਲੇ ਵੇਖੇ ਬੈਠੇ, ਇੱਕ ਤਬਲਾ ਵਜਾ ਰਿਹਾ ਤੇ ਇੱਕ ਸਾਰੰਗੀ ਵਜਾ ਰਿਹਾ। ਦੋ ਬੀਬੀਆਂ, ਤਿੰਨ ਬੀਬੀਆਂ ਨੱਚ ਰਹੀਆਂ ਨੇ, ਜਿਨ੍ਹਾਂ ਨੂੰ ਆਪਾਂ ਕੰਜਰੀਆਂ ਕਹਿ ਦਿੰਦੇ ਹਾਂ ਨਾ, ਉਹ ਨੱਚ ਰਹੀਆਂ ਨੇ। ਛੇ ਜਾਣੇ ਨੇ। ਤੇ ਹੁਣ ਜਾਂਦੇ ਹੀ ਬੋਰੀ ਜਿਹੜੀ ਹੈ ਨਾ, ਗੁੱਸਾ ਬੜਾ ਚੜਿਆ ਸਿੰਘਾਂ ਦੇ ਅੰਦਰ, ਰੋਹ ਜਾਗਿਆ। ਗੁਰੂ ਕੇ ਅਸਥਾਨ ਦੀ ਬੇਅਦਬੀ ਹੁੰਦੀ ਵੇਖ ਕੇ ਬੜਾ ਰੋਸ ਮਨ ਦੇ ਵਿੱਚ ਪੈਦਾ ਹੋਇਆ। ਤੇ ਜਿਹੜਾ ਥੈਲਾ ਜਿਹੜੀ ਬੋਰੀ ਚੁੱਕੀ ਸੀ ਜ਼ੋਰ ਦੇ ਨਾਲ ਮਾਰੀ। ਜਿਹੜੇ ਤਖ਼ਤ ਪੋਸ਼ ਤੇ ਬੈਠਾ ਸੀ ਮੱਸਾ, ਉਹਦੇ ਥੱਲੇ ਜਾ ਵੜੀ ਉਹ ਬੋਰੀ। ਤੇ ਜਦੋਂ ਝੁੱਕ ਕੇ ਵੇਖਣ ਲੱਗਿਆ ਤੇ ਭਾਈ ਮਹਿਤਾਬ ਸਿੰਘ ਨੇ ਚੋਲੇ ਥੱਲੇ ਤੋਂ ਕੱਢੀ ਕਿਰਪਾਨ ਤੇ ਇੱਕੋ ਹੀ ਵਾਰ ਕੀਤਾ, ਮੱਸੇ ਦਾ ਸਿਰ ਐਦਾਂ ਲਾ ਕੇ ਰੱਖ ਦਿੱਤਾ ਜਿਵੇਂ ਵੇਲ ਦੇ ਨਾਲੋਂ ਕੱਦੂ ਲਾਈਦਾ ਹੁੰਦਾ। ਟੰਗ ਲਿਆ ਸਿਰ ਨੇਜੇ ਦੇ ਉੱਤੇ। ਜਿਹੜੇ ਬਾਕੀ ਪੰਜ ਹੋਰ ਸਨ, ਦੋ ਹੋਰ ਬੈਠੇ ਪੜ੍ਹੰਗ ਤੇ, ਉਹ ਵੀ ਸੋਧ ਦਿੱਤੇ। ਪੱਖਾ ਝੱਲਣ ਵਾਲਾ ਵੀ ਸੋਧ ਦਿੱਤਾ, ਇਸੇ ਤਰ੍ਹਾਂ ਸਰੰਗੀ ਵਜਾਉਣ ਵਾਲਾ, ਤਬਲੇ ਵਾਲਾ ਵੀ ਸੋਧ ਦਿੱਤਾ। ਬੀਬੀਆਂ ਨੇ ਉਹਨਾਂ ਹੱਥ ਜੋੜਦੇ ਉਹਨਾਂ ਨੂੰ ਛੱਡ ਦਿੱਤਾ।
ਛਿਆਂ ਨੂੰ ਸੋਧਾ ਲਾਇਆ ਸਿਰ ਟੰਗਿਆ ਬਰਸ਼ੇ ਦੇ ਉੱਤੇ ਕਾਲੀ 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 ਉਹ ਰਸਤੇ ਪੈ ਕੇ ਨਿਕਲੇ ਖੋਲੇ ਘੋੜੇ ਘੋੜਿਆਂ ਤੇ ਸਵਾਰ ਹੋਏ ਅੱਡੀ ਲਾਈ ਘੋੜਿਆਂ ਨੂੰ ਗੁਰੂ ਕਾ ਨਾਮ ਲਿਆ ਬੋਲੇ ਸੋਹਣੇ ਹਾਲ ਸਤਿ ਸ੍ਰੀ ਅਕਾਲ ਦੇ ਛੱਡੇ ਜੈਕਾਰੇ ਤਰਨ ਤਾਰਨ ਵੱਲ ਨੂੰ ਹੋ ਤੁਰੇ ਜਦੋਂ ਉਹਨੂੰ ਸਿਪਾਹੀਆਂ ਨੂੰ ਸੋਧ ਆਈ ਐਸੀ ਹਨੇਰੀ ਚੱਲਦੀ ਅੱਖਾਂ ਚ ਮਿੱਟੀ ਪੈਂਦੀ ਹੈ ਅੱਖਾਂ ਚ ਘੱਟਾ ਪੈ ਰਿਹਾ ਮਗਰ ਘੋੜੇ ਦੜਾਉਂਦੇ ਹੈ ਤੇ ਗੁਰੂ ਕੇ ਸਿੰਘ ਭਾਈ ਨਜ਼ਰ ਹੀ ਨਹੀਂ ਆ ਰਹੇ ਸਤਿਗੁਰੂ ਦੀ ਐਸੀ ਕਿਰਪਾ ਮਹਾਰਾਜ ਸੱਚੇ ਪਾਤਸ਼ਾਹ ਦੀ ਐਡੀ ਤੇਜ ਘੋੜੇ ਭੱਜੇ ਜਾ ਰਹੇ ਨੇ ਹਵਾ ਦੇ ਨਾਲ ਗੱਲਾਂ ਕਰਦੇ ਉਹ ਸਿੰਘ ਬੀਕਾਨੇਰ ਤੋਂ ਆਏ ਮੱਸੇ ਦਾ ਲੈ ਕੇ ਸਿਰ ਵੱਢ ਕੇ ਬੀਕਾਨੇਰ ਤੋਂ ਆਏ ਮੱਸੇ ਦਾ ਲੈ ਕੇ ਸਿਰ ਵੱਢ ਕੇ ਬੀਕਾਨੇਰ ਤੋਂ ਆਏ ਮੱਸੇ ਦਾ ਲੈ ਕੇ ਸਿਰ ਵੱਢ ਕੇ ਬੀਕਾਨੇਰ ਤੋਂ ਆਏ ਮੱਸੇ ਦਾ ਲੈ ਕੇ ਸਿਰ ਵੱਢ ਕੇ ਬੀਕਾਨੇਰ ਤੋਂ ਆਏ ਮੱਸੇ ਦਾ ਲੈ ਕੇ ਸਿਰ ਵੱਢ ਕੇ ਸਿੰਘ ਬੀਕਾਨੇਰ ਤੋਂ ਆਏ ਮੱਸੇ ਦਾ ਲੈ ਕੇ ਸਿਰ ਵੱਢ ਕੇ ਬੀਕਾਨੇਰ ਤੋਂ ਆਏ ਮੱਸੇ ਦਾ ਲੈ ਕੇ ਸਿਰ ਵੱਢ ਕੇ ਬੀਕਾਨੇਰ ਤੋਂ ਆਏ ਮੱਸੇ ਦਾ ਲੈ ਕੇ ਸਿਰ ਵੱਢ ਕੇ ਬੀਕਾਨੇਰ ਤੋਂ ਆਏ ਮੱਸੇ ਦਾ ਲੈ ਕੇ ਸਿਰ ਵੱਢ ਕੇ ਬੀਕਾਨੇਰ ਤੋਂ ਆਏ ਮੱਸੇ ਦਾ ਲੈ ਕੇ ਸਿਰ ਵੱਢ ਕੇ ਛੱਡੇ ਜਕਾਰੇ ਖਾਲਸਾ ਜੀ ਫਤਿਹ ਹੋ ਗਈ ਫਤਿਹ ਹੋ ਗਈ ਗੁਰੂ ਕੀ ਫਤਿਹ ਹੋ ਗਈ ਵਾਹਿਗੁਰੂ ਦੀ ਫਤਿਹ ਹੋ ਗਈ ਖਾਲਸੇ ਦੀ ਇੱਕ ਜੰਡ ਦੇ ਨਾਲ ਸਿਰ ਟੰਗ ਦਿੱਤਾ ਗੁੱਸਾ ਇੰਨਾ ਰੋਸ ਇੰਨਾ ਜੰਡੋਂ ਲਾਇਆ ਸਿਰ ਤੇ ਖਿੱਦੋ ਖੂੰਡੀ ਖੇਡੇ ਪੈਰਾਂ ਦੇ ਨਾਲ ਕਹਿੰਦੇ ਇਹ ਦੁਸ਼ਟ ਹੈ ਇਹ ਦੁਸ਼ਟ
ਜਿਹੜਾ ਗੁਰੂ ਕੇ ਅਸਥਾਨ ਤੇ ਗੁਰੂ ਘਰ ਦੀ ਬੇਅਦਬੀ ਕਰ ਰਿਹਾ ਸੀ। ਵੇਖੋ ਕਰਨੀ ਦਾ ਫਲ ਮਿਲ ਗਿਆ ਨਾ ਦਸਾਂ ਪੰਦਰਾਂ ਦਿਨਾਂ ਦੇ ਵਿੱਚ ਹੀ। ਜਿਹੜੇ ਧਰਮੀ ਲੋਕ ਸਨ ਬੜੇ ਪ੍ਰਸੰਨ ਹੋਏ, ਧਰਮੀ ਬੜੇ ਪ੍ਰਸੰਨ ਹੋਏ, ਕਹਿੰਦੇ ਜਿਹੜੇ ਇਹੋ ਜਿਹੇ ਕਾਰਜ ਕਰਦੇ ਨਾ ਉਹਨਾਂ ਨਾਲ ਇਹੋ ਖੁਸ਼ੀ ਹੁੰਦਾ। ਤੇ ਜਿਹੜੇ ਪਾਪੀ ਲੋਕ ਉਹਨਾਂ ਨੂੰ, ਪਾਪੀ ਲੋਕਾਂ ਦੇ ਮਨ ਵਿੱਚ ਬੜਾ ਦੁੱਖ ਹੋਇਆ। ਉਹ ਕੰਬ ਉੱਠੇ ਜਿਹੜਾ ਪਾਪ ਕਮਾਉਂਦਾ ਨਾ, ਤੇ ਜਦੋਂ ਫਿਰ ਇਹੋ ਜਿਹਾ ਕੁਛ ਹੁੰਦਾ ਵੇਖਦਾ ਤੇ ਉਹਦਾ ਹਿਰਦਾ ਕੰਬ ਜਾਂਦਾ ਕਿ ਪਾੜੋਸੀ ਕੇ ਜੋ ਹੁਆ ਤੂੰ ਆਪਣੇ ਭੀ ਜਾਣ। ਉਹਦਾ ਧੜ ਲੈ ਕੇ ਨਾ ਫਿਰ ਲਾਹੌਰ ਦੇ ਨਵਾਬ ਦੇ ਕੋਲ ਜਾ ਕੇ ਰੋਏ। ਮੰਡਿਆਲੇ ਦਾ ਚੌਧਰੀ ਸੀ ਮੱਸਾ ਰੰਗਣ, ਨਵਾਬ ਦੇ ਕੋਲ, ਵਜ਼ੀਰ ਕੋਲ ਜਾ ਕੇ ਰੋਏ। ਪਤਾ ਕੀਤਾ ਵੀ ਪਤਾ ਕਰੋ ਸਿੰਘ ਕੌਣ ਸਨ, ਲੱਭਣਾ ਸ਼ੁਰੂ ਕੀਤਾ। ਤੇ ਹਰ ਭਗਤ ਨਰਿੰਜਣੀਏ ਨੇ ਚੁਗਲੀ ਕੀਤੀ ਵੀ ਇੱਕ ਤਾਂ ਸੀ ਸੁੱਖਾ ਸਿੰਘ ਮਾੜੀ ਕੰਬੋਕੀ ਦਾ ਰਹਿਣ ਵਾਲਾ, ਦੂਜਾ ਸੀ ਭਾਈ ਮਹਿਤਾਬ ਸਿੰਘ ਮੀਰਕੋਟ ਦਾ। ਕਹਿੰਦੇ ਪਰਿਵਾਰ ਲੱਭੋ, ਉਹਨਾਂ ਦਾ ਪਰਿਵਾਰ ਕਿੱਥੇ ਹੈ? ਕਹਿਣ ਲੱਗੇ ਭਾਈ ਸੁੱਖਾ ਸਿੰਘ ਦਾ ਤਾਂ ਪਰਿਵਾਰ ਕੋਈ ਨਹੀਂ, ਉਹ ਤਾਂ ਛੋਟਾ ਹੁੰਦਾ ਹੀ ਜਥੇ ਵਿੱਚ ਚਲਿਆ ਗਿਆ। ਤੇ ਭਾਈ ਮਹਿਤਾਬ ਸਿੰਘ ਦਾ ਪਰਿਵਾਰ ਇੱਕ ਬੇਟਾ ਰਾਏ ਸਿੰਘ, ਉਹਨਾਂ ਦਾ ਬੇਟਾ ਰਾਏ ਸਿੰਘ ਉਹ ਮੀਰਕੋਟ ਰਹਿੰਦਾ ਹੈ। ਉੱਥੋਂ ਦਾ ਜਿਹੜਾ ਨੱਥਾ ਚੌਧਰੀ ਹੈ ਨਾ ਉਹਦੇ ਘਰ, ਉਹਨੂੰ ਬਾਂਹ ਫੜਾ ਕੇ ਗਿਆ ਹੋਇਆ ਭਾਈ ਮਹਿਤਾਬ ਸਿੰਘ। ਸੱਤਾਂ ਅੱਠਾਂ ਸਾਲਾਂ ਦਾ ਉਹਦਾ ਪੁੱਤਰ ਹੈ। ਬਸ ਮੋਮਨ ਖਾਨ ਨੂੰ, ਨੂਰਦੀਨ ਨੂੰ, ਵਾਹਿਗੁਰੂ ਨੂਰਦੀਨ ਨੂੰ 100 ਮੁਗਲ ਦਾ ਦਸਤਾ ਦੇ ਕੇ ਚਾੜ ਦਿੱਤਾ, ਜਾਓ ਪਹੁੰਚ ਜਾਓ ਮੀਰਕੋਟ, ਅੰਮ੍ਰਿਤਸਰ ਦੇ ਨੇੜੇ 30 ਮੀਲ ਪੈਂਦਾ, ਘੱਟ ਵੱਧ ਵੀ ਹੋ ਸਕਦਾ। ਸੋ ਪਹੁੰਚ ਗਏ ਤੇ ਜਾ ਕੇ ਜਿਵੇਂ ਪਿਛਲੇ ਸਮੇਂ ਦੌਰਾਨ ਆ ਕੇ ਪਿੰਡਾਂ ਨੂੰ ਘੇਰਾ ਪਾ ਲੈਂਦੀ CRP ਪੁਲਿਸ, ਵੀ ਆ ਜਾਓ ਘਰ ਘਰ ਦਾ ਬੰਦਾ, ਸਕੂਲੇ ਇਕੱਠੇ ਹੋ ਜਾਓ ਆ ਕੇ। ਏਦਾਂ ਕਰ ਲਿਆ ਪਿੰਡ ਇਕੱਠਾ, ਦੱਸੋ ਭਾਈ ਚੌਧਰੀ ਕੌਣ ਹੈ? ਤੇ ਅੱਗੇ ਹੋ ਗਿਆ ਭਾਈ ਨੱਥਾ, ਕਹਿੰਦਾ ਮੈਂ ਜੀ ਚੌਧਰੀ ਨਗਰ ਦਾ, ਤੇਰੇ ਘਰ ਮਹਿਤਾਬ ਸਿੰਘ ਦਾ ਪੁੱਤਰ ਹੈ, ਲਿਆ ਸਾਡੇ ਹਵਾਲੇ ਕਰ ਦੇ। ਉਹਨੂੰ ਪਤਾ ਲੱਗ ਗਿਆ ਵੀ ਜੇ ਭਾਈ ਮਹਿਤਾਬ ਸਿੰਘ ਜੀਆਂ ਦਾ ਪੁੱਤਰ ਇਹਨਾਂ ਹਵਾਲੇ ਕੀਤਾ, ਇਹਨਾਂ ਨੇ ਤਾਂ ਇੱਥੇ ਮਾਰ ਦੇਣਾ, ਕੋ ਕੋ ਕੇ ਸ਼ਹੀਦ ਕਰ ਦੇਣਗੇ। ਧਰਮੀ ਆਤਮਾ ਸੀ, ਧਰਮੀ ਰੂਹ। ਕਹਿਣ ਲੱਗਾ ਨੂਰਦੀਨ ਜੀ ਇੱਦਾਂ ਦੱਸੋ, ਜਿਹੜਾ ਕਾਰਜ ਕੀਤਾ ਹੈ ਉਹ ਤਾਂ ਕੀਤਾ ਮਹਿਤਾਬ ਸਿੰਘ ਨੇ, ਮੱਸੇ ਦਾ ਸਿਰ ਵੱਢਿਆ ਉਹਨੇ, ਇਹ ਤਾਂ ਸਾਡੇ ਕੋਲ ਰਹਿੰਦਾ 7 ਸਾਲਾਂ ਦਾ ਬੱਚਾ, ਇਹਦਾ ਕੀ ਦੋਸ਼ ਹੈ, ਇਹਦਾ ਕਸੂਰ ਕੀ ਹੈ? ਸੂਬੇ ਸਰਹੰਦ ਦਾ ਵੇਲਾ ਯਾਦ ਆ ਗਿਆ, ਸੂਬਾ ਸਰਹੰਦ ਮਲੇਰਕੋਟਲੇ ਦੇ ਨਵਾਬ ਸ਼ੇਰ ਮੁਹੰਮਦ ਖਾਨ ਨੂੰ ਕਹਿਣ ਲੱਗਾ, ਕਹਿੰਦਾ ਆਪਣੇ ਭਰਾ ਦਾ ਬਦਲਾ ਲੈ ਲੈ, ਤੇਰਾ ਭਰਾ ਨਾਰ ਖਾਨ ਚਮਕੌਰ ਦੀ ਜੰਗ ਦੇ ਵਿੱਚ ਤੀਰ ਮਾਰ ਕੇ ਗੁਰੂ ਸਾਹਿਬਾਂ ਸ਼ਹੀਦ ਕੀਤਾ ਸੀ, ਆ ਲੈ ਬੱਚੇ ਤੇਰੇ ਹਵਾਲੇ ਕੀਤੇ, ਲੈ ਕਤਲ ਕਰ ਲੈ ਉਹਨਾਂ ਨੂੰ ਮਾਰ। ਸੂਬਾ ਵਜ਼ੀਰ ਖਾਂ ਕਹਿਣ ਲੱਗਾ ਉਹ ਦੋ ਜਰਨੈਲ ਲੜੇ ਜੰਗ ਦੇ ਵਿੱਚ, ਦੋ ਜਰਨੈਲ, ਮੇਰਾ ਭਰਾ ਮਾਰਿਆ ਗਿਆ, ਉਹ ਮਾੜਾ ਸੀ, ਜੇ ਗੁਰੂ ਗੋਬਿੰਦ ਸਿੰਘ ਮੇਰੇ ਸਾਹਮਣੇ ਆਉਣਗੇ ਮੈਂ ਆਪਣੇ ਭਰਾ ਦਾ ਬਦਲਾ ਲੈਣ ਦਾ ਯਤਨ ਕਰਾਂਗਾ। ਇਹ ਤੇ ਮਾਸੂਮ ਬੱਚੇ 7 ਤੇ 9 ਸਾਲਾਂ ਦਾ, ਇਹਨਾਂ ਦਾ ਕੀ ਕਸੂਰ ਹੈ? ਮੈਂ ਤੈਨੂੰ ਵੀ ਰੋਕਦਾ, ਇਹੋ ਜਿਹਾ ਪਾਪ ਨਾ ਕਰ। ਯੋਗੀ ਅੱਲਾ ਯਾਰ ਖਾਂ ਨੇ ਆਪਣੀ ਕਿਤਾਬ ਦੇ ਵਿੱਚ ਲਿਖਿਆ ਹੈ, ਕਹਿੰਦੇ ਬਦਲਾ ਲੈਣਾ ਹੋਗਾ ਤੋ ਲੇਗੇ ਇਨਕੇ ਵਾਪਸੇ ਖੁਦਾ, ਮਹਿਫੂਜ ਰੱਖੇ ਹਮਕੋ ਐਸੇ ਪਾਪ ਸੇ। ਉਹ ਕਹਿੰਦੇ ਜੇ ਬਦਲਾ ਲੈਣਾ ਹੋਇਆ ਤੇ ਇਹਨਾਂ ਦੇ ਪਿਤਾ ਕੋਲੋਂ ਲਵਾਂਗੇ, ਤੇ ਆ ਛੋਟੇ ਬੱਚਿਆਂ ਨੂੰ ਕਤਲ ਕਰਕੇ ਮਾਰ ਕੇ ਕਿਹੜਾ ਬਦਲਾ, ਇਹ ਤਾਂ ਪਾਪ ਹੈ, ਇਹੋ ਜਿਹੇ ਪਾਪ ਤੋਂ ਖੁਦਾ ਸਾਨੂੰ ਬਚਾ ਕੇ ਰੱਖੇ। ਤੈਨੂੰ ਵੀ ਕਹਿੰਦੇ ਆ, ਜਿਹਨੂੰ ਆਪਾਂ ਕਹਿੰਦੇ ਹਾਂ ਨਾ ਹਾਂ ਦਾ ਨਾਰਾ, ਹਾਂ ਦਾ ਨਾਰਾ ਮਾਰਿਆ, ਤੇ ਉਹਦੀ ਬਦੌਲਤ ਸਿੰਘਾਂ ਨੇ ਅਹਿਸਾਨ ਨਹੀਂ ਭੁਲਾਇਆ। ਮਲੇਰਕੋਟਲਾ ਰਿਆਸਤ ਬਿਲਕੁਲ ਸਾਡੇ ਨਜ਼ਦੀਕ ਹੈ,
15 ਕਿਲੋਮੀਟਰ 20 ਕਿਲੋਮੀਟਰ ਦੂਰ ਸਾਡਾ ਨਗਰ ਹੈ। ਮਲੇਰਕੋਟਲੇ ਰਿਆਸਤ ਦੇ ਵਿੱਚ ਅੱਜ ਵੀ ਨਗਰਾਂ 'ਚ ਬਹੁਤ ਮੁਸਲਮਾਨ ਅਤੇ ਕਈ ਨਗਰ ਐਡੇ ਐਡੇ ਨੇ ਕਿ ਮੁਸਲਮਾਨ ਹੀ ਨੇ ਅਤੇ ਸਰਪੰਚ ਵੀ ਮੁਸਲਮਾਨ ਨੇ। 84 ਦਾ ਪਾਰਟੀਸ਼ਨ ਹੋਇਆ, ਇੱਧਰ ਉੱਧਰ ਗਏ, ਪਰ ਉਸ ਰਿਆਸਤ ਦੇ ਵਿੱਚੋਂ ਕਿਸੇ ਨੂੰ ਓਏ ਨਹੀਂ ਆਖੀ ਮੁਸਲਮਾਨ, ਸਗੋਂ ਜਿਹੜਾ ਉੱਥੇ ਆ ਜਾਂਦਾ ਸੀ ਉਹ ਵੱਸ ਜਾਂਦਾ ਸੀ। ਉਹਦੇ ਇੱਕ ਅਹਿਸਾਨ ਦਾ ਬਦਲਾ ਗੁਰੂ ਕੇ ਖਾਲਸੇ ਨੇ ਮੋੜਿਆ, ਹਾ ਦਾ ਨਾਰਾ ਮਾਰਿਆ। ਓ ਸੁਣ ਸਰਹੰਦੀ ਸੂਬਿਆ ਮੇਰਾ ਹਾ ਦਾ ਨਾਰਾ, ਸੁਣ ਸਰਹੰਦੀ ਸੂਬਿਆ ਮੇਰਾ ਹਾ ਦਾ ਨਾਰਾ, ਓ ਸੁਣ ਸਰਹੰਦੀ ਸੂਬਿਆ ਮੇਰਾ ਹਾ ਦਾ ਨਾਰਾ, ਸੁਣ ਸਰਹੰਦੀ ਸੂਬਿਆ ਮੇਰਾ ਹਾ ਦਾ ਨਾਰਾ। ਯਾਦ ਕਰੋ ਵੇਲਾ ਬਾਬਾ ਬੰਦਾ ਸਿੰਘ ਬਹਾਦਰ ਦਾ, ਕੱਲ ਵੀ ਅਸੀਂ ਵਿਚਾਰ ਤੋਰਨ ਲੱਗੇ ਸੀ, ਅੱਜ ਵੀ ਹੋਰ ਪਾਸੇ ਵਿਚਾਰ ਚਲੀ ਗਈ। 4.25 ਸਾਲਾਂ ਦਾ ਪੁੱਤਰ ਸਾਹਮਣੇ ਲਿਆ ਕੇ ਖਿਲਾਰ ਦਿੱਤਾ, ਕਈ ਮਹੀਨਿਆਂ ਬਾਅਦ ਮਿਲਿਆ, ਭੱਜ ਕੇ ਪਿਓ ਨੂੰ ਚਿੰਬੜ ਗਿਆ ਆਪਣੇ। ਜਦੋਂ ਪੁੱਤਰ ਪਿਓ ਕੋਲ ਆ ਜਾਂਦਾ ਨਾ, ਬੜਾ ਮਾਣ ਹੁੰਦਾ ਵੀ ਹੁਣ ਮੈਨੂੰ ਤੱਤੀ ਹਵਾ ਨਹੀਂ ਲੱਗੇਗੀ, ਤੇ ਫੜ ਕੇ ਨਾ ਉਹਨੂੰ ਬਾਬਾ ਬੰਦਾ ਸਿੰਘ ਦੀ ਬਾਬਾ ਬੰਦਾ ਸਿੰਘ ਜੀ ਬਹਾਦਰ ਉਹਨਾਂ ਦੀ ਗੋਦ ਵਿੱਚ ਬਿਠਾ ਦਿੱਤਾ ਤੇ ਛੁਰੀ ਫੜਾ ਦਿੱਤੀ ਬਾਬਾ ਬੰਦਾ ਸਿੰਘ ਬਹਾਦਰ ਨੂੰ। ਕਹਿਣ ਲੱਗੇ, ਲੈ ਇਹਦਾ ਕਲੇਜਾ ਚਾਕ ਕਰ, ਛਾਤੀ ਚੀਰ ਇਹਦੀ। ਬਾਬਾ ਬੰਦਾ ਸਿੰਘ ਬਹਾਦਰ ਕਹਿੰਦਾ, ਕਿਉਂ, ਇਹਨੇ ਕੀ ਪਾਪ ਕੀਤਾ ਹੈ, ਕਿਹੜੇ ਜੰਗ ਵਿੱਚ ਹਿੱਸਾ ਲਿਆ ਹੈ, ਕਿਹੜੇ ਜੰਗ ਦੇ ਵਿੱਚ ਹਿੱਸਾ ਲਿਆ ਹੈ। ਕਹਿੰਦੇ, ਤੇਰਾ ਪੁੱਤਰ ਹੈ ਸਿੱਖ ਦਾ ਪੁੱਤਰ। ਵੇਖੋ ਸੂਰਬੀਰਾਂ ਦੇ ਬੱਚਿਆਂ ਦੇ ਨਾਲ ਕੀ ਬੀਤੀ, ਪਰਿਵਾਰਾਂ ਨਾਲ ਪਿਆਰਿਓ ਕੀ ਬੀਤੀ। ਅੱਜ ਵੀ ਆਪ ਹੀ ਰੋਟੀ ਖਾ ਜਾਣੀ ਤੇ ਆਪ ਹੀ ਪੁਲਿਸ ਨੇ ਫੜ ਕੇ ਲੈ ਜਾਣਾ, ਤੇ ਕਿੰਨਿਆਂ ਨੂੰ ਮਾਰਾਂ, ਕਿੰਨਿਆਂ ਨੂੰ ਕੁੱਟਾਂ, ਕਿੰਨਿਆਂ ਦੇ ਝੂਠੇ ਪੁਲਿਸ ਮੁਕਾਬਲੇ ਬਣੇ। ਜੇ ਰੋਸ ਕਰਦੇ ਬੈਠੇ ਆਪਣੇ ਇਸ਼ਟ ਵਾਸਤੇ, ਵੇਖੋ ਕੋਟਕਪੂਰਾ ਚੌਂਕ ਦੇ ਵਿੱਚ ਗੋਲੀ ਚੱਲਦੀ ਹੈ, ਅਜੇ ਤੱਕ ਵੀ ਉਹਨਾਂ ਪੁਲਿਸ ਮੁਲਾਜ਼ਮਾਂ ਦੀ ਸ਼ਨਾਖਤ ਨਹੀਂ ਹੁੰਦੀ। 2009 ਦੇ ਵਿੱਚ ਨੂਰ ਮਹਿਲੀਏ ਦੇ ਆਉਣ ਦਾ ਵਿਰੋਧ ਕਰਦੇ ਲੁਧਿਆਣੇ ਦੇ ਵਿੱਚ ਇੱਕ ਸਿੰਘ ਨੂੰ ਪੁਲਿਸ ਵਾਲੇ ਨੇ ਮਾਰਿਆ, ਭਾਈ ਦਰਸ਼ਨ ਸਿੰਘ ਲੋਹਾਰਾ। ਭਾਈ ਜਸਪਾਲ ਸਿੰਘ ਨੂੰ ਗੁਰਦਾਸਪੁਰ ਦੇ ਵਿੱਚ ਸ਼ਹੀਦ ਕੀਤਾ ਗਿਆ 2012 ਦੇ ਵਿੱਚ। ਵੇਖੋ ਉਹਨਾਂ ਪਰਿਵਾਰਾਂ ਤੇ ਕੀ ਬੀਤਦੀ ਹੋਵੇਗੀ, ਉਹਨਾਂ ਪਰਿਵਾਰਾਂ ਦੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਵੀ ਦੁੱਖ ਸਹਿਣੇ ਪਏ, ਦੁੱਖ ਝੱਲਣੇ ਪਏ। ਬਾਬਾ ਬੰਦਾ ਸਿੰਘ ਬਹਾਦਰ ਕਹਿਣ ਲੱਗਾ,
ਕਹਿੰਦਾ ਇਹ ਤਾਂ ਮੇਰਾ ਪੁੱਤਰ ਹੈ ਨਾ, ਮੇਰੀ ਗੋਦ ਵਿੱਚ ਬੈਠਾ ਹੈ। ਫਰਕ ਸ਼ੀਅਰ ਬਾਦਸ਼ਾਹ, ਜੇ ਤੇਰਾ ਪੁੱਤਰ ਵੀ ਬੈਠਾ ਹੁੰਦਾ ਤੇ ਛੁਰੀ ਮੈਂ ਉਹਦੇ ਤੇ ਵੀ ਨਹੀਂ ਸੀ ਚਲਾਉਂਦੀ। ਬੱਚਿਆਂ ਤੇ ਮਾਸੂਮਾਂ ਤੇ ਜ਼ੁਲਮ ਕਰਨਾ ਸਾਡਾ ਧਰਮ ਨਹੀਂ ਕਹਿੰਦੇ ਸਾਨੂੰ ਸਿਖਾਉਂਦਾ। ਛੁਰੀ ਉਹਦੇ ਤੇ ਵੀ ਨਹੀਂ ਸੀ ਚਲਾਉਂਦਾ, ਗੋਦ ਦੇ ਵਿੱਚੋਂ ਚੁੱਕ ਲਿਆ, ਪੁੱਤਰ ਨੂੰ ਲੈ ਗਏ ਸਾਹਮਣੇ। ਅਜੇ ਵੀ ਮੰਨ ਜਾ, ਅਜੇ ਵੀ ਕਹਿੰਦਾ ਹੁਣ ਕੀ ਮੰਨਣਾ ਹੈ। ਮੇਰੇ ਨਾਲ ਦੇ ਜਰਨੈਲ ਬਾਜ ਸਿੰਘ, ਭਾਈ ਬਾਜ ਸਿੰਘ, ਭਾਈ ਫਤਿਹ ਸਿੰਘ ਵਰਗੇ ਜਰਨੈਲ ਸ਼ਹੀਦ ਹੋ ਗਏ ਹੈ, ਮੇਰੇ ਤੋਂ ਬਾਅਦ ਰਲੇ, ਮੇਰੇ ਤੋਂ ਪਹਿਲਾਂ ਕਲਗੀਧਰ ਦੀ ਗੋਦ ਵਿੱਚ ਚਲੇ ਗਏ, ਮੈਨੂੰ ਵੀ ਸ਼ਹੀਦ ਕਰ, ਮੈਂ ਵੀ ਆਪਣੇ ਭਰਾਵਾਂ ਕੋਲ ਅੱਪੜਾਂ ਜਾ। ਅਜੇ ਵੀ ਮੰਨ ਜਾ, ਮਨਾਉਣਾ ਚਾਹੁੰਦਾ ਸੀ ਉਹ ਜਿਹਨੇ ਹਿੰਦੁਸਤਾਨ ਦਾ ਝੰਡਾ ਨੀਵਾਂ ਕਰ ਦਿੱਤਾ, ਇੱਕ ਖਿੱਤੇ ਇੱਕ ਰਿਆਸਤ ਵਿੱਚ ਆ ਕੇ ਰਾਜ ਕੀਤਾ 6 ਸਾਲ। ਫਰਕਸ਼ੀਅਰ ਬਾਦਸ਼ਾਹ ਕਹਿੰਦਾ ਸੀ ਇਹਨੂੰ ਝੁਕਾ ਦੇ, ਇਹ ਝੁਕ ਜਾਵੇ। ਸਾਹਮਣੇ ਕੀਤਾ ਪੁੱਤਰ ਨੂੰ, ਲੈ ਤੇਰੇ ਪੁੱਤਰ ਅਜੇ ਸਿੰਘ ਨੂੰ ਮਾਰ ਦਿਆਂਗਾ। ਕਹਿੰਦਾ ਤਾਂ ਕੀ ਹੋਇਆ, ਮੇਰੀ ਝੋਲੀ ਵੱਲ ਵੇਖ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦਾ ਸਾਰਾ ਸਰਬੰਸ ਸਾਡੀ ਝੋਲੀ ਵਿੱਚ ਪਿਆ ਹੋਇਆ, ਸਾਰਾ ਸਰਬੰਸ ਸਾਡੀ ਝੋਲੀ ਵਿੱਚ ਪਾ ਗਏ, ਮੇਰਾ ਤੇ ਇੱਕ ਪੁੱਤਰ ਹੈ। ਸ਼ਹੀਦਾਂ ਦੀ ਕਤਾਰ ਵਿੱਚ, ਸਾਹਿਬਜ਼ਾਦਿਆਂ ਦੀ ਕਤਾਰ ਵਿੱਚ ਜਾ ਸ਼ਾਮਿਲ ਹੋਵੇ। ਗੁਰੂ ਕੇ ਪਿਆਰਿਓ, ਕਾਲਜਾ ਕੱਢ ਕੇ ਨਾ 4.25 ਸਾਲ ਦੇ ਪੁੱਤਰ ਦਾ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਵਿੱਚ ਪਾਉਂਦੇ ਰਹੇ, ਗੁਰੂ ਕੇ ਪਿਆਰੇ ਨੇ ਸਿੱਖੀ ਨਹੀਂ ਛੱਡੀ, ਚੜ੍ਹਦੀ ਕਲਾ ਅਡੋਲ ਬੈਠਾ ਰਿਹਾ। ਜੰਬੂਰ ਤੱਤੇ ਕਰ ਕਰਕੇ ਸਰੀਰ ਨੂੰ ਵਿੰਨ ਦਿੱਤਾ, ਅੱਖਾਂ ਕੱਢ ਦਿੱਤੀਆਂ। ਇਸ ਤਰੀਕੇ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਹੋਈ। ਇਹ ਹੈ ਅਸਲ ਮਸਤੀ, ਇਹ ਹੈ ਨਾਮ ਦਾ ਰੰਗ, ਇਹ ਹੈ ਸਿੱਖੀ ਦੀ ਰੰਗਤ। ਅੱਜ ਤੇ ਇੱਥੇ ਤੰਬਾਕੂ ਪੀਣ ਵਾਲੇ, ਪਹਿਲਾਂ ਇੱਧਰ ਨਕੋਦਰ ਦੇ ਵੱਲ, ਹੁਸ਼ਿਆਰਪੁਰ ਵੱਲ ਹੁੰਦੇ, ਹੁਣ ਤੇ ਇਸ ਇਲਾਕੇ 'ਚ ਵੀ ਜ਼ਮੀਨਾਂ ਲਈ ਜਾਂਦੇ, 2-2 ਕਿੱਲੇ, 24 ਘੰਟੇ ਗਾਉਣ ਵਾਲੇ ਲੱਗੇ ਰਹਿੰਦੇ ਹੈ, ਤੇ ਦੱਸਣ ਵਾਲੇ ਦੱਸਦੇ ਆ 20-30 ਹਜ਼ਾਰ ਦੀਆਂ ਬੀੜੀਆਂ ਸਿਗਰਟਾਂ ਵਿਕ ਜਾਂਦੀਆਂ ਉਹਨਾਂ ਦੀ। ਕਹਿੰਦੇ ਮਸਤ ਨੇ ਜੀ ਮਸਤ, ਬੀੜੀਆਂ ਪੀਣ ਵਾਲੇ ਆਪਣੇ ਦੰਦ ਨਹੀਂ ਬਚਾ ਸਕੇ, ਬੀੜੀਆਂ ਪੀ ਪੀ ਉਹ ਵੀ ਡਿੱਗ ਪਏ ਉਹਨਾਂ ਦੇ, ਸਾਨੂੰ ਕਿੱਥੋਂ ਬਚਾਉਣਗੇ। ਸਤਿ ਸ੍ਰੀ ਅਕਾਲ ਤੋਂ ਫਤਿਹ ਤੇ ਆਉਣਾ ਸੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਸਤਿ ਸ੍ਰੀ ਅਕਾਲ ਤੋਂ ਜੈ ਮਸਤਾਂ ਤੇ ਅੱਪੜ ਗਏ, ਕੜਾ ਪਾਇਆ, ਕੜੇ ਤੋਂ ਅੱਪੜਨਾ ਸੀ ਕਿਰਪਾਨ ਤੱਕ, ਤੇ ਕੜਾ ਲਾ ਕੇ ਵੰਗਾਂ ਪਾਈ ਫਿਰਦੇ, ਚੂੜੀਆਂ ਪਾਈ ਫਿਰਦੇ, ਕਿੱਧਰ ਨੂੰ ਲੈ ਤੁਰੇ। ਇਹ ਸਾਰੀ ਸਾਜਿਸ਼ ਹੀ ਹੈ ਨਾ ਸਿੱਖ ਨੂੰ।